जी वीरो वाहिगुरु जी का खालसा वाहिगुरु जी की फतेह। मैं आपा दो चार मिनट गलबात करनी है बई। अज जो सिख समाज नूं मिसलीड ते मिसगाइड किवें कीता जा रहा, साडे कल प्रचारकां वल्लों खैर दुश्मन ने ते कम करना ही करना। एक मैं गल सोच रहे दिमाग च आई मेरे कि सानूं इह किसने हक दिता कि दूसरे दे धर्म दीआं चंगीआं गल्लां नूं असीं तोड़ मरोड़ के गलत तरीके नाल अपने धर्म के शहीदां दे नाल कंपेयर करके पेश करिए कि इस तरीके नाल धर्म का प्रचार ज्यादा हुंदा। वो यारो इहदे नाल तां नफरत होर पैदा होवेगी जदों उहनां लोकां नूं पता लगूगा कि ये सिख प्रचारक साडी साडे महान जिहड़े इंसान होए ने, ग्रेट परसनैलिटीज होईआं साडे धर्म दे विच, उह इह तां उहनां दी खिल्ली उडांदे आ। मैं एक आप जी ने सांझी करन लगा गलबात, बड़ा एक शानदार अपना प्रचारक वीर आ, बहुत वधिया प्रचारक आ, मैं उहदा नां नहीं लैणा चाहुंदा। उह सज्जण ने बड़े ही गलत तरीके नाल तोड़ मरोड़ के गल नूं पेश कीता कि ना तू तिन्नां चो ना तू तेरां चो, यानी कि तीन उहने गुरु तेग बहादुर जी दे नाल जिहड़े शहीद होए ने, भाई सतीदास, भाई मतीदास ते भाई दयाला जी, ते तेरां नूं उहने नाल कंपेयर कर दिता कि जिहड़े यीशु मसीह दे चेले सीगे, कि तेरां दे तेरां जिहड़े उह मुकर गए सीगे, उन्होंने गदारी कर दी सी। मैं इहदे बारे आप नाल गल करनी चाहुंदा वीरो। ईसाइयां नूं पुछ के वेख लवो, किताबां पढ़ के वेख लवो, झूठियां गल्लां कहानियां कोलों ना बणावो। यीशू मसीह दे नाल जिहड़े 12 चेले सी, यानी कि पहले नंबर ते यीशू मसीह प्लस उहदे 12 चेले, टोटल हो गए 13। 13 ਦੇ ਵਿੱਚੋਂ ਇੱਕ ਨੇ ਗਦਾਰੀ ਕੀਤੀ, ਪੈਸੇ ਲੈ ਕੇ, ਰਿਸ਼ਵਤ ਲੈ ਕੇ ਯਿਸੂ ਮਸੀਹ ਨੂੰ ਗ੍ਰਿਫਤਾਰ ਕਰਵਾ ਦਿੱਤਾ, ਨੂੰ ਸੂਲੀ ਤੇ ਚੜਵਾ ਦਿੱਤਾ। ਉਹ ਸੀਗਾ 13ਵਾਂ ਨੰਬਰ, ਤੇ ਈਸਾਈਆਂ ਨੇ 13ਵਾਂ ਨੰਬਰ ਮਨਹੂਸ ਕਰਾਰ ਦੇ ਦਿੱਤਾ। ਇਸੇ ਕਰਕੇ ਚੰਡੀਗੜ੍ਹ ਦਾ ਨਿਰਮਾਤਾ ਜਿਵੇਂ ਈਸਾਈ ਸੀ, ਉਹਨੇ 13 ਸੈਕਟਰ ਨਹੀਂ ਬਣਾਇਆ। ਤੇ ਆਮ ਵੀ ਅਸੀਂ ਦੇਖਦੇ ਗੋਰੇ ਜਿਹੜੇ 13 ਨੰਬਰ ਨੂੰ ਅਨਲੱਕੀ ਸਮਝਦੇ ਆ, ਉਹ ਇਹ ਨੰਬਰ ਨੂੰ ਵਧੀਆ ਨਹੀਂ ਸਮਝਦੇ। ਤੇ ਬਾਕੀ ਜਿਹੜੇ ਚੇਲੇ ਸੀਗੇ ਯਿਸੂ ਮਸੀਹ ਦੇ 11, ਉਹਨਾਂ ਨੇ ਇੰਨਾ ਧਰਮ ਦਾ ਪ੍ਰਚਾਰ ਕੀਤਾ, ਯਿਸੂ ਮਸੀਹ ਦੇ ਹੱਕ ਸੱਚ ਦਾ ਪ੍ਰਚਾਰ, ਉਹਨਾਂ ਨੇ ਇੱਕ ਵਾਰੀ ਹਨੇਰੀ ਲਿਆ ਦਿੱਤੀ, ਦੁਸ਼ਮਣ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ। ਹੁਣ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਸਾਡੇ ਪ੍ਰਚਾਰਕ ਇਹ ਗਲਤ ਪ੍ਰਚਾਰ ਕਿਉਂ ਕਰਦੇ ਆ। ਦੂਸਰੇ ਦੇ ਪ੍ਰਚਾਰਕ ਜਿਹੜੇ ਉਹਨਾਂ ਦੇ ਮਹਾਨ ਯੋਧੇ ਹੋਏ ਨੇ, ਜਿਹੜੇ 12 ਯੋਧੇ ਹੋਏ ਆ ਈਸਾਈ ਧਰਮ ਦੇ ਵਿੱਚ, ਯਿਸੂ ਮਸੀਹ ਨੂੰ ਉਹਨੇ ਸੂਲੀ ਤੇ ਚੜ੍ਹਾ ਦਿੱਤਾ, ਜਿਹਨੂੰ ਚੜਵਾਇਆ ਸੀਗਾ, ਜਿਹਨੇ ਗਦਾਰੀ ਕੀਤੀ, ਉਹ ਵੀ ਸੁਸਾਈਡ ਕਰ ਗਿਆ, ਉਹ ਕਹਿੰਦਾ ਵੀ ਮੈਂ ਬੜਾ ਗਲਤ ਕੰਮ ਕੀਤਾ, ਮੈਨੂੰ ਜ਼ਿੰਦਗੀ ਜਿਉਣ ਦਾ ਕੋਈ ਹੱਕ ਨਹੀਂ, ਉਹ ਸੁਸਾਈਡ ਕਰ ਗਿਆ, ਪੈਸਾ ਵੀ ਉਹਨੇ ਲੋਕਾਂ 'ਚ ਵੰਡ ਦਿੱਤਾ। ਤੇ ਜਾਣੀ ਕਿ ਮੇਰਾ ਕਹਿਣ ਤੋਂ ਭਾਵ ਕਿ ਸਾਡੇ ਪ੍ਰਚਾਰਕ ਜਿਹੜੀ ਗੱਲ ਕਰਦੇ ਆ ਕਿ ਯਿਸੂ ਮਸੀਹ ਦੇ 13 ਦੇ 13 ਚੇਲੇ ਮੁਕਰ ਗਏ, ਪਹਿਲਾਂ 13 ਚੇਲੇ ਹੀ ਹੈ ਨਹੀਂ ਸੀਗੇ, 12 ਸੀ, 12 'ਚੋਂ ਇੱਕ ਨੇ ਗਦਾਰੀ ਕੀਤੀ ਆ, 11 ਨੇ ਡਟ ਕੇ ਬਾਅਦ 'ਚ ਪ੍ਰਚਾਰ ਕੀਤਾ। ਇਸ ਕਰਕੇ ਵੀਰੋ, ਗਲਤ ਮੁਹਾਵਰੇ ਆਪਣੇ ਆਪ ਹੀ ਘੜ ਕੇ ਨਾ ਪੇਸ਼ ਕਰੋ, ਕਿਉਂਕਿ ਉਹ ਅੱਜ ਸਿੱਖ ਜਿਹੜਾ ਆ ਦੁਨੀਆ ਦੇ ਵਰਲਡ ਦੇ ਕੋਨੇ ਕੋਨੇ 'ਚ ਰਹਿੰਦਾ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਤੁਹਾਡੀਆਂ ਕਈਆਂ ਹੋਈਆਂ ਗੱਲਾਂ ਜਿਹੜੀਆਂ ਉਹ ਹਰ ਜਗ੍ਹਾ ਪਹੁੰਚਦੀਆਂ। ਇਸ ਕਰਕੇ ਜ਼ਰੂਰੀ ਨਹੀਂ ਵੀ ਤੁਸੀਂ ਇਹ ਗੱਲ ਇਸ ਤਰੀਕੇ ਨਾਲ ਬੋਲੋ ਕਿ ਬਾਹਰ ਰਹਿ ਰਹੇ ਸਿੱਖਾਂ ਨੂੰ ਮੁਸ਼ਕਲਾਂ ਮੁਸੀਬਤਾਂ ਆਉਣ, ਉਹਨਾਂ ਨੂੰ ਦੂਸਰੇ ਧਰਮਾਂ ਦੇ ਲੋਕ ਨਫ਼ਰਤ ਕਰਨ, ਕਿ ਉਹ ਕਹਿਣ ਕਿ ਤੁਹਾਡੇ ਪ੍ਰਚਾਰਕ ਸਾਡੇ ਬਾਰੇ ਗਲਤ ਕਿਉਂ ਪ੍ਰਚਾਰ ਕਰਦੇ ਨੇ। ਇਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਪ੍ਰਚਾਰਕ ਨੇ ਜਿਹੜੇ ਬੇਸਲੈਸ ਨਿਰਆਧਾਰ ਗੱਲਾਂ ਕਰਦੇ ਨੇ। ਆਖੇ ਜੀ ਸਭਾ ਦੇ ਵਿੱਚੋਂ ਸੰਤਰੇ ਫੜ ਕੇ ਦੇ ਦਿੱਤੇ। ਇੱਕ ਪਿੱਛੇ ਜਿਹਾ ਪ੍ਰਚਾਰਕ ਮੈਂ ਸੁਣਿਆ, ਆਖੇ ਮਹਾਰਾਣੀ ਵਿਕਟੋਰੀਆ ਹਰਨਾਮ ਸਿੰਘ ਜਿਹੜਾ ਬਾਬਾ ਹੋਇਆ ਪਹਿਲਾਂ ਕੋਈ ਸਾਧ, ਆਖੇ ਉਹਦੀ ਜਿਹੜੀ ਕੁੱਤੀ ਸੀਗੀ, ਉਹ ਕੁੱਤੀ ਸੀਗੀ ਉਹ ਮਹਾਰਾਣੀ ਵਿਕਟੋਰੀਆ, ਤੇ ਉਦੋਂ ਮਰ ਗਏ ਤੇ ਬਾਅਦ ਵਿੱਚ ਉਹਨੇ ਮਹਾਰਾਣੀ ਵਿਕਟੋਰੀਆ ਦੇ ਰੂਪ ਦੇ ਵਿੱਚ ਜਨਮ ਲਿਆ। ਉਹ ਦੱਸੋ ਯਾਰੋ, ਜਦੋਂ ਇਸ ਗੱਲ ਦਾ ਉਹਨਾਂ ਲੋਕਾਂ ਨੂੰ ਪਤਾ ਲੱਗੂ, ਈਸਾਈਆਂ ਨੂੰ, ਉਹਨਾਂ ਨੇ ਛਿੱਤਰ ਮਾਰ ਮਾਰ ਕੇ ਮੜ ਪੋਲਾ ਕਰ ਦੇਣਾ ਬਾਹਰਲੇ ਜਿਹੜੇ ਬਾਹਰ ਲੋਕ ਸਿੱਖ ਰਹਿੰਦੇ ਨੇ। ਈਸਾਈ ਧਰਮ ਦੁਨੀਆਂ ਦੇ ਉੱਪਰ ਸਭ ਤੋਂ ਵੱਡਾ ਧਰਮ ਹੈ, ਫੈਲ ਚੁੱਕਿਆ, ਉਹਨਾਂ ਨੇ ਹੱਕ ਸੱਚ ਦੇ ਪਹਿਰਾ ਦਿੱਤਾ, ਔਰ ਕੁੱਲੀ ਗੁੱਲੀ ਜੁੱਲੀ ਰੋਟੀ ਕੱਪੜਾ ਔਰ ਮਕਾਨ ਲੋਕਾਂ ਦੀ ਬਾਂਹ ਫੜੀ ਹੈ। ਉਹਨਾਂ ਨੇ ਅਸਲ ਧਰਮ ਦੀ ਨਬਜ਼ ਨੂੰ ਪਛਾਣਿਆ, ਉਹਨੂੰ ਪ੍ਰੈਕਟੀਕਲ ਲਾਗੂ ਕੀਤਾ, ਔਰ ਦੁਨੀਆਂ ਦਾ ਮਹਾਨ ਧਰਮ ਇਸ ਵੇਲੇ ਮੰਨਿਆ ਜਾਂਦਾ। ਇਸ ਕਰਕੇ ਜ਼ਰੂਰੀ ਨਹੀਂ ਕਿ ਸਾਡੇ ਪ੍ਰਚਾਰਕਾਂ ਨੂੰ ਕਿ ਉਹਨਾਂ ਦੇ ਅਸੀਂ ਈਸਾਈ ਧਰਮ ਦੀ ਜਿਹੜੀ ਹੈ ਉਹਨਾਂ ਦੀ ਗਲਤ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕੀਤਾ ਜਾਵੇ। ਆਪਾਂ ਆਪਣੇ ਧਰਮ ਦਾ ਪ੍ਰਚਾਰ ਕਰਨਾ, ਹਾਂ ਦੂਏ ਧਰਮ ਦੀਆਂ ਜਿਹੜੀਆਂ ਕੁਰੀਤੀਆਂ, ਜਿਹੜੇ ਮਨੁੱਖੀ ਹੱਕਾਂ ਦੀ ਵਾਇਲੇਸ਼ਨ ਕਰਦੇ ਆ, ਉਹਨਾਂ ਦੇ ਉੱਪਰ ਡੱਟ ਕੇ ਚੋਟਾਂ ਮਾਰੋ, ਉਹਨਾਂ ਨੂੰ ਪੇਸ਼ ਕਰੋ, ਪਰ ਇਸ ਤਰੀਕੇ ਦੇ ਨਾਲ ਨਾ ਕਰੋ। ਆਖੇ ਜੀ ਉਹ ਸੁਰੰਗ ਸੀਗੀ, ਉਹਦੇ ਵਿੱਚ ਬੈਠੇ ਸੀਗੇ ਆਪਣੇ ਸ਼ਹੀਦ,
ਤੇ ਉਹਨਾਂ ਨੇ ਸਮਾਧੀਆਂ ਲਾਈਆਂ ਸੀਗੀਆਂ ਤੇ ਉਹਨਾਂ ਨੇ ਹੁਣ ਜੀ ਇਹ ਦੂਆ ਬਣਾ ਲੈਣਾ ਕਾ ਭਾਈ ਪ੍ਰਚਾਰ ਕਿਸ ਤਰੀਕੇ ਨਾਲ ਬੜਾ ਗਲਤ ਪ੍ਰਚਾਰ ਕਰਦਾ। ਤੇ ਕਹਾਂ ਮੈਂ ਪਿੱਛੇ ਜਾਂ ਸੁਣਿਆ ਉਹ ਸਾਧ ਜਿਹੜਾ ਆ ਉਹ ਆਣ ਕੇ ਆਪਣੇ ਕੈਨੇਡਾ 'ਚ ਬੜੀ ਖੱਪ ਉਹਨੇ ਪਵਾਈ। ਆਖੇ ਬੀਬੀਆਂ ਨੂੰ ਜਦੋਂ ਮਹਾਂਵਾਰੀ ਆਈ ਹੁੰਦੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਨਹੀਂ ਆ ਸਕਦੀਆਂ। ਉਹ ਜਦੋਂ ਹੁਣ ਆਪਾਂ ਗੁਰਬਾਣੀ ਦੇ ਸ਼ਬਦਾਂ ਦੀ ਇੰਟਰਪ੍ਰੀਟੇਸ਼ਨ ਦੀ ਵਿਆਖਿਆ ਗਲਤ ਕਰਨੀ ਆ ਤੇ ਇਹੋ ਜਿਹੇ ਅਰਥੇ ਨਿਕਲਣੇ ਆ ਤੇ ਉਦਾਂ ਦੇ ਸਾਡੇ ਲੋਕ ਸੁਣਨ ਵਾਲੇ ਆ। ਤੇ ਇਸੇ ਕਰਕੇ ਸਾਨੂੰ ਜਿਹੜਾ ਆ ਇਹ ਅਸੀਂ ਔਰਤਾਂ ਨੂੰ ਨੀਵਾਂ ਉਹਨੇ ਦਿਖਾਇਆ ਬੜਾ ਗਲਤ ਤਰੀਕੇ ਨਾਲ, ਜਿਵੇਂ ਕਿ ਹਿੰਦੂ ਧਰਮ ਦੇ ਵਿੱਚ ਉਸ ਤਰੀਕੇ ਨਾਲ ਉਹਨੂੰ ਪੇਸ਼ ਕੀਤਾ ਕਿ ਜਦੋਂ ਉਹਨੂੰ ਮੈਂਸਸ ਆਏ ਹੋਣ ਮੈਂਸਸ ਪੀਰੀਅਡ ਦੇ ਦੌਰਾਨ ਕਿ ਉਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਨਹੀਂ ਆ ਸਕਦੀ। ਇਹ ਗੁਰੂ ਸਾਹਿਬ ਨੇ ਵੀ ਮੁੱਖ ਮੋੜ ਲਿਆ ਸੀਗਾ, ਉਹਨੇ ਸ਼ਬਦ ਦੱਸਿਆ ਜੋ ਜੋਰੂ ਸਰਨਾਵਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁਖ ਵਸੇ ਨਿਤ ਨਿਤ ਹੋਏ ਖੁਆਰ, ਸੁੱਚੇ ਇਹ ਨਾ ਆਖੀਐ ਬਹਿਨ ਜੋ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਹੁਣ ਪਹਿਲੀ ਗੱਲ ਤੇ ਸ਼ਬਦ ਦੀ ਵਿਆਖਿਆ ਦਾ ਨੂੰ ਬੰਦਾ ਗਲਤ ਕਰ ਰਿਹਾ। ਜਿਉਂ ਜੋਰੀ ਸਰਨਾਵਣੀ ਆਵੇ ਵਾਰੋ ਵਾਰ, ਉਹ ਚੀਜ਼ ਗੁਰੂ ਸਾਹਿਬ ਨੇ ਉਸ ਲਾਈਨ ਪੰਕਤੀ 'ਚ ਦੱਸ ਕੇ ਉਹਨੂੰ ਕੰਪੇਅਰ ਕੀਤਾ ਦੂਜੀ ਦੇ ਨਾਲ, ਜੋ ਪਹਿਲੀ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਵੀ ਜਿੱਦਾਂ ਦਾ ਤੂੰ ਕੰਮ ਕੀਤਾ ਉਦਾਂ ਦਾ ਉਹਨੇ ਕਰ ਦਿੱਤਾ, ਜਿੱਦਾਂ ਤੈਂ ਛੱਤਰ ਖਾਧੇ ਹੁੰਦੇ ਉਦੇ ਉਹਨੇ ਛੱਤਰ ਖਾ ਲਿਆ, ਜਿੱਦਾਂ ਤੂੰ ਬੜੀ ਵੀ ਕਮਾਲ ਦੀ ਗੱਲ ਕੀਤੀ ਇੱਦੇ ਉਹ ਵੀ ਕਮਾਲ ਦੀ ਗੱਲ ਕਰ ਗਿਆ। ਮਤਲਬ ਕੰਪੇਅਰ ਕੀਤਾ ਦੋਨਾਂ ਦਾ ਜਿਹੜਾ ਆਪਸ ਦੇ ਵਿੱਚ ਮੇਲ, ਕਿ ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖਵਾਰ। ਹੁਣ ਇਹਦੇ ਵਿੱਚ ਮੇਨ ਗੱਲ ਇਹ ਆ ਕਿ ਉਹ ਲੋਕ ਜਿਹੜੇ ਡਰਾਮਾ ਖੇਡਦੇ ਆ ਕਿ ਅਸੀਂ ਬੜੇ ਸੁੰਦਰ ਸੋਹਣੇ ਆ, ਅਸੀਂ ਕੱਪੜੇ ਵਧੀਆ ਪਾਏ ਹੋ, ਅਸੀਂ ਅਮੀਰ ਆ, ਸਾਡੇ ਕੋਲ ਧਨ ਦੌਲਤ ਪ੍ਰੋਪਰਟੀਆਂ ਆ, ਤੇ ਸਵੇਰੇ ਸ਼ਾਮ ਨਹਾਉਂਦੇ ਧੋਂਦੇ ਆ, ਪਰਫਿਊਮ ਲਗਾਉਂਦੇ ਆ, ਟੌਹਰਾਂ ਸ਼ੌਹਰਾਂ ਕੱਢਦੇ ਆ, ਪਰ ਅੰਦਰੋਂ ਕਾਲੇ ਆ, ਅੰਦਰੋਂ ਬੇਈਮਾਨ ਆ, ਅੰਦਰੋਂ ਕਰੈਕਟਰ ਲੈਸ ਆ, ਉਹ ਅੰਦਰੋਂ ਡਰੱਗੀ ਆ, ਸਮਗਲਰ ਆ, ਉਹ ਪਰ ਦਿਖਾਵਾ ਇਸ ਤਰੀਕੇ ਨਾਲ ਕਰਦੇ ਆ ਕਿ ਸਾਡੇ ਵਰਗਾ ਇਹ ਦੁਨੀਆਂ ਦੇ ਵਿੱਚ ਹੈ ਹੀ ਕੋਈ ਨਹੀਂ। ਹੁਣ ਦੋ ਕਰੈਕਟਰ ਦੀ ਉੱਥੇ ਮੇਲ ਜੋਲ ਕੀਤਾ ਮਹਾਰਾਜ ਨੇ, ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ। ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਕਿ ਇੱਕ ਬੇਸਵਾ ਆ ਜਿਹੜੀ ਉਹ ਵਾਰ ਵਾਰ ਨਹਾ ਧੋ ਕੇ ਸੱਜ ਧੱਜ ਕੇ ਮੇਕਅਪ ਕਰਕੇ ਸੁੰਦਰ ਸੋਹਣੇ ਕੱਪੜੇ ਪਾ ਕੇ ਬਹਿੰਦੀ ਆ ਦੂਜੇ ਗਾਹਕ ਨੂੰ ਖੁਸ਼ ਕਰਨ ਵਾਸਤੇ, ਉਹਨੂੰ ਦੱਸਣ ਵਾਸਤੇ ਕਿ ਮੈਂ ਬਹੁਤ ਸੁੰਦਰ ਸੋਹਣੀ ਹੈ, ਉਹ ਇਸ ਕਰਕੇ ਨਹਾਉਂਦੀ ਆ ਧੋਂਦੀ ਆ, ਠੀਕ ਨੇ, ਔਰ ਦੂਜਾ ਗਾਹਕ ਖੁਸ਼ ਕਰਨ ਵਾਸਤੇ ਉਹ ਜਿਹੜੀ ਬੇਸਵਾ ਆ ਆਪਣਾ ਪੂਰਨ ਸਰੀਰ ਦਾ ਜਿਹੜਾ ਇਸ਼ਨਾਨ ਕਰਦੀ ਆ, ਸਿਰ ਨਹਾ ਕੇ ਸੁੰਦਰ ਸੋਹਣੇ ਕੱਪੜੇ ਪਾ ਕੇ ਮੇਕਅਪ ਕਰਕੇ ਬਹਿੰਦੀ ਹੈ, ਵਾਰ ਵਾਰ ਉਹਦਾ ਸਿਲਸਿਲਾ ਚੱਲਦਾ ਹੈ, ਰੁਟੀਨ ਚੱਲਦੀ ਹੈ, ਪਰ ਅੰਦਰੋਂ ਕੀ ਆ, ਕਰੈਕਟਰ ਲੈਸ ਆ, ਉਹ ਬੇਈਮਾਨ ਆ, ਉਹ ਚਰਿੱਤਰਹੀਣ ਆ, ਅੰਦਰੋਂ ਕਾਲੀ ਆ, ਅੰਦਰ ਉਹਦੇ ਕਾਲਖ ਆ, ਕਰੈਕਟਰ ਲੈਸ ਆ ਉਹ, ਪਰ ਬਾਹਰੋਂ ਦਿਖਾਵਾ ਇਸ ਤਰੀਕੇ ਨਾਲ ਕੀਤਾ ਜਾਂਦਾ ਕਿ ਮੇਰੇ ਵਰਗਾ ਕੋਈ ਸੁੰਦਰ ਸੋਹਣਾ ਸੁਨੱਖਾ ਹੈ ਹੀ ਨਹੀਂ, ਇਹ ਮੇਰੇ ਵਰਗਾ ਕੋਈ ਸਾਫ਼ ਸੁਥਰਾ ਹੈ ਹੀ ਨਹੀਂ, ਪਰ ਕਰੈਕਟਰ ਦੀ ਜਿਹੜੀ ਆ ਉਹ ਕੀ ਆ, ਜੀਰੋ ਆ, ਮਾਈਨਸ ਜੀਰੋ ਆ। ਇੱਦਾਂ ਗੁਰੂ ਮਹਾਰਾਜ ਕਹਿੰਦੇ ਵੀ ਜਿਹੜਾ ਜੂਠਾ ਜੂਠੇ ਜੂਠਾ ਜੂਠੇ ਮੁੱਖ ਵਸੇ, ਯਾਨੀ ਕਿ ਜਿਹੜਾ ਝੂਠਾ ਇਨਸਾਨ ਹੈ, ਜਿਹਦੇ ਅੰਦਰ ਬੇਈਮਾਨੀ ਆ, ਕਾਲਕ ਆ, ਜਿਹਦੇ ਅੰਦਰ ਦਗਾ ਆ, ਗਦਾਰੀ ਆ, ਜਿਹੜਾ ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਵਿਦਿਅਕ ਤੌਰ ਤੇ ਵੀ, ਆਰਥਿਕ ਤੌਰ ਤੇ ਵੀ ਲੋਕਾਂ ਨਾਲ ਗਦਾਰੀਆਂ ਕਰਦਾ, ਬੇਈਮਾਨੀਆਂ ਕਰਦਾ, ਮਹਾਰਾਜ ਕਹਿੰਦੇ ਉਹ ਜੂਠਾ, ਉਹਦੀ ਕੰਪੇਅਰ ਉਹਨਾਂ ਉਹ ਉਸ ਬੇਸਵਾ ਦੀ ਤਰ੍ਹਾਂ ਆ। ਇਹ ਦੋਨੋਂ ਨੇ ਖੁਆਰ ਹੁੰਦੇ ਨੇ, ਇਹਨਾਂ ਦੋਨਾਂ ਨੂੰ ਲਾਹਨਤਾਂ ਪੈਂਦੀਆਂ, ਕਿਉਂ ਲੋਕਾਂ ਨੂੰ ਪਤਾ ਲੱਗ ਜਾਂਦਾ ਭਾਈ ਅਸਲੀਅਤ ਇਹਨਾਂ ਦੀ ਆ ਆ। ਹੁਣ ਜਿਹੜਾ ਜੂਠਾ ਜਿਹੜਾ ਝੂਠਾ ਇਨਸਾਨ ਆ, ਬੇਈਮਾਨ ਇਨਸਾਨ ਆ, ਉਹ ਜਿਹੜਾ ਆ ਧਨ ਦੌਲਤ ਪੈਸਾ ਉਹਦੇ ਕੋਲ ਬਹੁਤ ਹੁੰਦਾ, ਪਰ ਉਹ ਦਿਖਾਵਾ ਕਰਦਾ ਆ, ਪੱਕੇ ਤਰੀਕੇ ਨਾਲ ਕਮਾਇਆ, ਉਹ ਲੁਕਾਉਣ ਦੀ ਕੋਸ਼ਿਸ਼ ਕਰਦਾ, ਕਦੇ ਦਾਨ ਕਰਦਾ, ਕਦੇ ਆਪਣਾ ਬਹੁਤ ਸੁੰਦਰ ਸੋਹਣਾ ਬਣ ਕੇ ਰਹਿੰਦਾ ਆ, ਪਰ ਅੰਦਰ ਕੀ ਆ, ਬੇਈਮਾਨੀ, ਕਾਲ ਕਿਆ, ਝੂਠਾ ਆ। ਪਰ ਇਹ ਨਿਤ ਨਿਤ ਖੁਆਰ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਲਾਹਨਤਾਂ ਪੈਂਦੀਆਂ, ਕਿਉਂਕਿ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਨੇ ਕਿ ਸੁੱਚਾ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ। ਹੁਣ ਇਹਨਾਂ ਨੂੰ ਸੁੱਚੇ ਨਹੀਂ ਆਖਿਆ ਜਾ ਸਕਦਾ, ਇਹ ਜਿੰਨਾ ਮਰਜ਼ੀ ਆਪਣਾ ਪਿੰਡਾ ਧੋ ਧੋ ਕੇ ਬੈਠ ਲੈਣ, ਨਹਾ ਧੋ ਕੇ ਬੈਠ ਲੈਣ, ਜਿੰਨਾ ਮਰਜ਼ੀ ਮੇਕਅਪ ਕਰ ਲੈਣ, ਪਰ ਇਹ ਕਦੇ ਸੁੱਚੇ ਨਹੀਂ ਹੋ ਸਕਦੇ, ਕਿਉਂਕਿ ਅੰਦਰ ਇਹਨਾਂ ਦੇ ਬੇਈਮਾਨੀ ਆ, ਚਰਿੱਤਰਹੀਣ ਆ, ਕਰੈਕਟਰ ਲੈਸ ਆ, ਇਹ ਧੋਖੇਬਾਜ ਆ। ਗੁਰੂ ਮਹਾਰਾਜ ਕਹਿੰਦੇ ਸਮਝ ਸੁੱਚਾ ਹੈ ਕੌਣ, ਮਹਾਰਾਜ ਕਹਿੰਦੇ ਸੁੱਚਾ ਸਹੀ ਨਾਨਕਾ ਜਿਸ ਮਨ ਵਸਿਆ ਸੋਏ, ਭਾਵ ਜਿਹਦੇ ਅੰਦਰ ਸੱਚ ਆ, ਜਿਹੜਾ ਸੱਚ ਨਾਲ ਜੁੜਿਆ ਹੋਇਆ ਆ, ਜਿਹੜਾ ਹੱਕ ਸੱਚ ਦੇ ਉੱਪਰ ਪਹਿਰਾ ਦਿੰਦਾ ਆ, ਜਿਹੜਾ ਗਰੀਬਾਂ ਮਜ਼ਲੂਮਾਂ ਦੀ ਮਦਦ ਕਰਦਾ ਆ, ਜਿਹੜਾ ਦਸਾਂ ਨੋਹਾਂ ਦੀ ਕਿਰਤ ਕਰਦਾ ਆ, ਜਿਹੜਾ ਕਿਸੇ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਦਾ, ਜਿਹੜਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੇ ਸਥਾਨ ਦੇ ਉੱਪਰ ਪਹਿਰਾ ਦਿੰਦਾ ਆ, ਕਰੈਕਟਰ ਦਾ ਉੱਚਾ ਸੁੱਚਾ ਆ, ਉਸ ਨੂੰ ਹੀ ਸੁੱਚਾ ਕਿਹਾ ਜਾ ਸਕਦਾ ਆ, ਹੋਰ ਕਿਸੇ ਨੂੰ ਸੁੱਚਾ ਨਹੀਂ ਕਿਹਾ ਜਾ ਸਕਦਾ।
अगर असी सही तरीके नाल वीरो गुरबाणी दे शब्दां दी व्याख्या करांगे तां प्रचारकां नूं मूंह तोड़ जवाब दिता जा सकदा जिहड़े सानूं मिसलीड ते मिसगाइड करदे आ। मैं इन्नी इक बेनती करनी सी प्रचारक वीरां नूं कि प्रचारक वीरो प्लीज कृपा करके गलत इंटरप्रिटेशन ना करो, गलत उदाहरण ना देवो जिहदे नाल बाहर रहिंदे सिखां दी बेइज्जती होवे, उन्हां दा सिर नीवा होवे, क्योंकि अज सोशल मीडिया दा युग आ। तुहाडी एक एक गल जिहड़ी कही होई आ ਉਹ ਦੂਰ ਦੂਰ ਤਿਕਰ ਜਾਂਦੀ ਆ। ਇੰਨਾ ਕ ਜੇ ਕੋਈ ਮੇਰੇ ਤੋਂ ਅੱਖਰ ਵਾਧਾ ਘਾਟਾ ਕਿਹਾ ਹੋ ਗਿਆ ਤਾਂ ਮੈਂ ਭੁੱਲ ਚੁੱਕਦਾ ਖਿਮਾ ਜਾ ਚੁੱਕਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।